अगली अहम खबर चंडीगढ़ तो जिथे पंजाब दिया किसान जथेबंदियां ने वड्डा ऐलान किया। किसानों दे वल्लों कीती मीटिंग दे विच फैसला लिया गया है कि 5 नवंबर तक माल गड्डियां चलनगियां ते 4 नवंबर नू इस ते फिर फैसला लिया जाएगा। हालांकि किसानों दे वल्लों यात्री ट्रेनां नू चलन दी इजाजत नहीं दित्ती गई है। इस मीटिंग दे विच ए वी फैसला लिया गया है कि पंजाब दे टोल प्लाजियां ते प्रदर्शन इस तरह जारी रहणगे। ਜਿਹੜਾ ਟੋਲ ਪਲਾਜ਼ਾ ਦਾ ਘਰਾਓ ਹੈ, ਜਿਹੜਾ ਅਲਾਈਅੰਸ ਦੇ ਪੰਪਾਂ ਦਾ ਘਰਾਓ ਹੈ, ਉਹ ਸਾਡਾ ਜਿਵੇਂ ਪਹਿਲਾਂ ਚੱਲਦਾ ਉਵੇਂ ਜਾਰੀ ਰਹੂਗਾ। ਜਿਹੜਾ ਬੀਜੇਪੀ ਦੇ ਆਗੂਆਂ ਦਾ ਘਰਾਓ ਹੈ, ਜਿਹੜਾ ਉਹਨਾਂ ਦਾ ਵਿਰੋਧ ਹੈ ਪੰਜਾਬ ਦੇ ਵਿੱਚ, ਪਹਿਲਾਂ ਨਾਲ ਵੀ ਵੱਧ ਕੇ ਡਟ ਗਿਆ। ਉਹ ਸਾਰੀਆਂ ਜਿਹੜੀਆਂ ਜਿੱਤੇ ਵੀ ਜਾਂਦੀਆਂ ਬੀਜੇਪੀ ਦੇ ਆਗੂਆਂ ਦਾ ਘਰਾਓ, ਜਿਹੜਾ ਉਹਨਾਂ ਦਾ ਵਿਰੋਧ ਹੈ ਉਹ ਸਾਡਾ ਜਾਰੀ ਰਹੂਗਾ। ਅਲਾਈਅੰਸ ਦੇ ਪੰਪਾਂ ਦਾ ਘਰਾਓ ਜਾਰੀ ਰਹੂਗਾ ਤੇ ਟੋਲ ਪਲਾਜ਼ਾ ਦੇ ਉੱਤੇ ਜਿਹੜਾ ਅਸੀਂ ਬਾਈਕਾਟ ਕੀਤਾ ਹੈ ਮਾਲ ਪਲਾਜ਼ਾ ਦਾ, ਉਹ ਸਾਡਾ ਦੋਨੋਂ ਤੇ ਚੱਲਦਾ ਰਹੂਗਾ। ਰੇਲਵੇ ਦੇ ਉੱਤੇ ਕਈ ਤਰ੍ਹਾਂ ਸਾਡੇ ਕਿਸਾਨ ਸੰਕੇਤਕ ਰੂਪ ਦੇ ਵਿੱਚ ਆਪਣੀ ਹਾਜ਼ਰੀ ਦੇਣਗੇ। ਰੇਲਵੇ ਦੀਆਂ ਮਾਲ ਗੱਡੀਆਂ ਨੂੰ ਸਿਲੰਡਰ ਦੀ ਇਜਾਜ਼ਤ 5 ਨਵੰਬਰ ਤੱਕ ਦੇਣਗੇ। ਸਿਰਫ ਮਾਲ ਗੱਡੀਆਂ ਜਾਂ ਫਿਰ ਦੂਸਰੇ ਸਿਰਫ ਮਾਲ ਗੱਡੀਆਂ ਜੀ ਤੇ ਸਤਨਾਮ ਜੀ ਜਿਵੇਂ ਤੁਸੀਂ ਦੱਸ ਰਹੇ ਹੋ ਇੱਕ ਕਾਂਗਰਸ ਤੁਸੀਂ ਕਰਾਓ ਬਈ ਕੀ ਕਰਕੇ ਪੁੱਛੋ ਬੀਜੇਪੀ ਲੀਡਰਾਂ ਦਾ ਕਰਾਓ ਹੋਏਗਾ। ਪੰਜਾਬ ਵਿੱਚ 13 ਐਮਪੀ ਤੇ ਸੰਸਦ ਪੂਰੇ ਤੇ ਰਾਜ ਸਭਾ ਮੈਂਬਰ ਨੇ ਕੀ ਉਹਨਾਂ ਦੇ ਘਰਾਂ ਦੇ ਕਰਾਓਗੇ। ਬੀਜੇਪੀ ਦੇ ਆਗੂ ਦਾ ਅਸੀਂ ਇਸੇ ਕਰਕੇ ਕਰਦੇ। ਕੱਲ ਪੰਜਾਬ ਵਿਧਾਨ ਸਭਾ ਦੇ ਵਿੱਚ ਬੀਜੇਪੀ ਦੇ ਜਿਹੜੇ ਚੁਣੇ ਹੋਏ ਨੁਮਾਇੰਦੇ ਨੇ ਐਮਐਲਏ ਸਭਾ, ਉਹਨਾਂ ਨੇ ਪੰਜਾਬ ਦੇ ਕਿਸਾਨਾਂ ਦੀ ਆਵਾਜ਼ ਨੂੰ ਬਿਲਕੁਲ ਨਹੀਂ ਸਮਝਿਆ। ਕਿਸਾਨੀ ਅੰਦੋਲਨ ਨੂੰ ਅਣਗੌਲਿਆ ਕੀਤਾ। ਕਿਸਾਨਾਂ ਦੀ ਆਵਾਜ਼ ਅੱਜ ਤੱਕ ਬੀਜੇਪੀ ਨੇ ਸੁਣਨ ਦਾ ਯਤਨ ਨਹੀਂ ਕੀਤਾ। ਇਸ ਕਰਕੇ ਕਿਸਾਨਾਂ 'ਚ ਰੋਸ ਦੀ ਲਹਿਰ ਆ।